ਨੌਜਵਾਨ ਨੂੰ ਅਗਵਾ ਕਰਕੇ ਉਸ ਦੀਆਂ ਲੱਤਾਂ ਤੋੜੀਆਂ ਗਈਆਂ। ਬਦਮਾਸ਼ਾਂ ਦੇ ਵੱਲੋਂ ਬੇਖੌਫ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮੋਗੇ ਦਾ ਇਹ ਪੂਰਾ ਮਾਮਲਾ ਹੈ। ਨੌਜਵਾਨ ਮੁੰਡੇ ਨੂੰ ਅਗਵਾ ਕੀਤਾ, ਮੋਟਰਸਾਈਕਲ ਦੇ ਅੱਗੇ ਸਕਾਰਪੀਓ ਕਾਰ ਲਗਾਈ, ਜ਼ਬਰਦਸਤੀ ਇਸ ਨੌਜਵਾਨ ਨੂੰ ਆਪਣੀ ਕਾਰ ਦੇ ਵਿੱਚ ਬਿਠਾ ਕੇ ਮੋਗਾ ਦੀ ਮੰਡੀ ਦੇ ਵਿੱਚ ਲਿਜਾ ਕੇ ਇਸ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ। ਫਿਲਹਾਲ ਨੌਜਵਾਨ ਨੂੰ ਉੱਥੇ ਹੀ ਛੱਡ ਗਏ। ਉੱਥੇ ਇੱਕ ਕਾਰ ਖੜੀ ਸੀ ਜਿਸ ਦੀ ਇਹਨਾਂ ਬਦਮਾਸ਼ਾਂ ਦੇ ਵੱਲੋਂ ਭੰਨ ਤੋੜ ਕੀਤੀ ਗਈ। ਫਿਲਹਾਲ ਇਸ ਨੌਜਵਾਨ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਰਸਤੇ ਦੇ ਵਿੱਚ ਹੀ ਜਦੋਂ ਇਹ ਮੁੰਡਾ ਆਪਣੇ ਘਰ ਜਾ ਰਿਹਾ ਸੀ, ਇਸ ਨੂੰ ਅਗਵਾ ਕੀਤਾ ਗਿਆ। ਅਗਵਾ ਕਰਕੇ ਇਸ ਦੀਆਂ ਦੋਵੇਂ ਲੱਤਾਂ ਤੋੜੀਆਂ ਗਈਆਂ। ਕੁਝ ਦੇ ਨਾਮ ਇਹ ਨੌਜਵਾਨ ਜਾਣਦਾ ਹੈ ਜਿਨ੍ਹਾਂ ਨੇ ਵਾਰਦਾਤ ਕੀਤੀ। ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਇਹਨਾਂ ਬਦਮਾਸ਼ਾਂ ਦੀ ਭਾਲ ਸ਼ੁਰੂ ਕੀਤੀ ਗਈ ਹੈ। ਤਾਂ 5-6 ਲੋਕਾਂ ਦੇ ਨਾਮ ਇਸ ਨੌਜਵਾਨ ਨੂੰ ਪਤਾ ਨੇ ਜੋ ਪੁਲਿਸ ਨੂੰ ਦੱਸ ਦਿੱਤੇ ਨੇ। ਦੱਸ ਦਈਏ ਕਿ ਇਸ ਨੌਜਵਾਨ ਦੇ ਚਾਚੇ ਦੇ ਮੁੰਡੇ ਦਾ ਰੌਲਾ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਉਸ ਗੱਲ ਨੂੰ ਲੈ ਕੇ ਹੀ ਇਹ ਕਿੜ ਕੱਢੀ ਗਈ। ਬਜ਼ਾਰੋਂ ਕੁਛ ਖਾ ਪੀ ਕੇ ਘਰੇ ਜਾ ਰਿਹਾ ਸੀਗਾ। ਮੇਰੇ ਕੋਲ ਕਿਸੇ ਦੀ ਬਾਈਕ ਸੀਗੀ, ਮੈਂ ਉਹ ਘਰੇ ਵਾਪਸ ਫੜਾਉਣ ਚੱਲਾ ਸੀ ਉਹਨੇ ਨੈਸ ਲੈ ਮੇਰੇ, ਅਤੇ ਇੱਕੋ ਦਮ ਮੇਰੇ ਮੂਹਰੇ ਇੱਕ ਸਕਾਰਪੀਓ ਆ ਕੇ ਖੜ ਗਈ। ਉਹਨਾਂ ਨੇ ਮੈਨੂੰ ਧੱਕੇ ਮੁੱਕੇ ਮਾਰੇ ਅਤੇ ਮੈਂ ਜਦੋਂ ਕਿਹਾ ਕੀ ਗੱਲ ਹੋ ਗਈ, ਉਹਨਾਂ ਨੇ ਮੈਨੂੰ ਸਕਾਰਪੀਓ ਗੱਡੀ ਦੇ ਵਿੱਚ ਬਹਾਇਆ। ਕੌਣ ਸੀ ਬੰਦੇ, ਉਹ ਜਾਣਦੇ ਤੁਸੀਂ ਉਹਨਾਂ ਨੂੰ? ਬੰਦੇ ਵਾਧੂ ਸੀਗੇ, ਪਰ ਮੈਂ ਸਾਰਿਆਂ ਨੂੰ ਤਾਂ ਨਹੀਂ ਜਾਣਦਾ, 5-6 ਜਣਿਆਂ ਨੂੰ ਤਾਂ ਜਾਣਦਾ ਵਾ। ਅਤੇ ਕੀ ਉਹਨਾਂ ਨਾਲ ਤੁਹਾਡੀ ਪਹਿਲਾਂ ਵੀ ਕੋਈ ਰੰਜਿਸ਼ ਜਾਂ ਦੁਸ਼ਮਣੀ ਹੋਵੇ ਕੋਈ? ਉਹੋ ਜਿਹੀ ਤਾਂ ਕੋਈ ਗੱਲ ਨਹੀਂ, ਜੇ ਉਹੋ ਜਿਹੀ ਗੱਲ ਹੁੰਦੀ ਮੈਨੂੰ ਪਤਾ ਤਾਂ ਹੁੰਦਾ, ਕੋਈ ਉਹੋ ਜਿਹੀ ਗੱਲ ਨਹੀਂ ਸੀ। ਪਤਾ ਨਹੀਂ ਉਹਨਾਂ ਨੇ ਕੀ ਗੱਲ, ਮੈਨੂੰ ਐਂ ਕਹਿੰਦੇ ਕਿਸੇ ਨੂੰ ਫੋਨ ਲਾ, ਬਸ ਇੰਨੇ ਦੇ ਮੇਰੇ ਉਹਨਾਂ ਨੇ ਸੱਟਾ ਮਾਰਤੀ। ਕੀ ਕੀਤਾ, ਕੀ ਹੈ, ਕਿੱਥੇ ਲੈ ਕੇ ਗਏ ਅਤੇ ਕਿੱਥੋਂ ਚੱਕਿਆ ਸੀ ਤੁਹਾਨੂੰ? ਮੈਨੂੰ ਨੈਸ ਮੈਮਰੋ ਚੱਕ ਕੇ ਇਹ ਮੰਡੀ 'ਚ ਲੈ ਗਏ ਅਤੇ ਉੱਥੇ ਜਾ ਕੇ ਮੇਰੀਆਂ ਇਹਨਾਂ ਨੇ ਲੱਤਾਂ 'ਤੇ ਸੱਟਾਂ ਮਾਰੀਆਂ। ਅਤੇ ਮੰਡੀ 'ਚ ਤਾਂ ਆਵਾਜਾਈ ਕਾਫੀ ਹੁੰਦੀ ਹੈ, ਭੀੜ ਵੀ ਹੁੰਦੀ ਹੈ? ਕੁਛ ਨਹੀਂ ਸੀ ਉੱਥੇ, ਮੈਨੂੰ ਸਾਰੇ ਜਣੇ ਆਸੇ ਪਾਸੇ ਜਦੋਂ ਸੱਟਾ ਵੱਜਦੇ ਕਿਸੇ ਨੇ ਮੈਨੂੰ ਛਡਾਇਆ ਨਹੀਂ। ਪਹਿਲੀ ਗੱਲ ਤਾਂ ਕੋਲ ਕੋਈ ਹੈ ਹੀ ਨਹੀਂ ਸੀਗਾ, ਜਦੋਂ ਕੋਈ ਆਇਆ ਤਾਂ ਉਹਨਾਂ ਨੇ ਮੈਨੂੰ ਕਿਸੇ ਨੇ ਛਡਾਇਆ ਨਹੀਂ। ਅਤੇ ਵੈਸੇ ਜੇ ਤੁਸੀਂ ਉਹਨਾਂ ਨੂੰ ਦੇਖ ਲਓਗੇ ਤਾਂ ਪਹਿਚਾਣ ਜਾਓਗੇ? ਹਾਂਜੀ ਪਹਿਚਾਣ। ਨਹੀਂ ਉਹਨਾਂ 'ਚ ਕੋਈ ਤੁਹਾਨੂੰ ਗੱਡੀ 'ਚ ਬਿਠਾਇਆ, ਉਹਨਾਂ 'ਚ ਕੋਈ ਤੁਹਾਨੂੰ ਪਛਾਣ 'ਚ ਨਹੀਂ ਆਇਆ? ਜਾਣਦੇ ਨਹੀਂ ਕਿਸੇ ਕਿਸੇ? ਪਛਾਣ 'ਚ 5-6 ਬੰਦੇ ਸੀਗੇ। ਇੱਕ ਸੀਗਾ ਜੱਗਾ, ਇੱਕ ਸੀਗਾ ਵਰਿੰਦਰ, ਇੱਕ ਸੀਗਾ ਬਾਬਾ, 4-5 ਜਣੇ ਹੋਰ ਸੀਗੇ, ਉਹਨਾਂ ਦਾ ਮੈਨੂੰ ਨਾਮ ਨਹੀਂ ਪਤਾ। ਰਹਿਣ ਵਾਲੇ ਕਿੱਥੇ? ਰਹਿਣ ਵਾਲੇ ਵੀ ਮੈਨੂੰ ਇਹਨਾਂ ਦੀ ਸਹੀ ਲੋਕੇਸ਼ਨ ਨਹੀਂ ਪਤਾ, ਘਰ ਕਿੱਥੇ। ਅਤੇ ਇਹਨਾਂ ਨੂੰ ਜਾਣਦੇ ਹੋ ਤੁਸੀਂ ਪਹਿਲਾਂ ਵੀ ਕਦੇ? ਹਾਂ ਜਾਣਦਾ, ਨਾਮ ਤਾਂ ਇਹਨਾਂ ਦੇ ਬਹੁਤ ਤੇਰੀ ਸੁਣਦੇ। ਹਾਂਜੀ, ਉਹ ਨਾ ਹਰਮੀਤ ਸਿੰਘ ਸੀਗਾ, ਪੁੱਤਰ ਕਰਨੈਲ ਸਿੰਘ, ਵਾਸੀ ਗੁਰੂ ਰਾਮਦਾਸ ਨਗਰ ਮੋਗਾ। ਆਪਣੇ ਘਰ ਤੋਂ ਦੁੱਧ ਲੈਣ ਜਾ ਰਿਹਾ ਦੁਕਾਨ 'ਤੇ, ਵਕਤ ਕਰੀਬ 8-9 ਵਜੇ ਦਾ ਰਾਤ ਦਾ ਸੀਗਾ। ਅਤੇ ਜਦੋਂ ਪੰਜਾਬ ਨੈਸ਼ਨਲ ਬੈਂਕ ਨਹਿਲ ਡੈਰੀ ਦੇ ਕੋਲ ਗੇਟ ਨੰਬਰ 2 ਦੇ ਪੁੱਜਾ ਤਾਂ 4 ਗੱਡੀਆਂ, 2 ਸਕਾਰਪੀਓ, 1 ਇਨੋਵਾ ਅਤੇ 1 ਸਵਿਫਟ ਕਾਰ, ਉਹਨਾਂ ਨੇ ਉਹਨੂੰ ਉੱਥੇ ਘੇਰ ਕੇ ਕੁੱਟਮਾਰ ਕੀਤੀ ਅਤੇ ਜ਼ਬਰਦਸਤੀ ਗੱਡੀ 'ਚ 41 ਸਕਾਰਪੀਓ ਸਿੱਟ ਕੇ ਅਤੇ ਉਹਨੂੰ ਅਗਵਾ ਕਰਕੇ ਦਾਣਾ ਮੰਡੀ 'ਚ ਲੈ ਗਏ। ਉੱਥੇ ਲਿਜਾ ਕੇ ਉਹਦੀ ਮਤਲਬ ਲੱਤਾਂ 'ਤੇ ਸੱਟਾਂ ਸੁੱਟਾਂ ਮਾਰ ਕੇ ਰਾੜਾਂ ਨਾਲ, ਖੰਡਿਆਂ ਨਾਲ, ਅਤੇ ਉਹ ਆਪਣਾ ਬੰਦੇ ਨੂੰ ਮੋਬਾਈਲ ਖੋਹ ਕੇ ਲੈ ਗਏ। ਉਸ ਤੋਂ ਬਾਅਦ 'ਚ ਉਹਨਾਂ ਦੀ ਗੱਡੀ ਸੀ ਇੱਕ PB 29X 7002, ਉਹ ਨੈਸ਼ਨਲ ਗੈਲਰੀ ਦੇ ਗੇਟ ਨੰਬਰ 1 ਵਾਲੇ ਪਾਸੇ ਸੜਕ ਜਾਂਦੀ ਜਿਹੜੀ, ਉੱਥੇ ਉਹਦੇ ਸਾਥੀਆਂ ਦੀ ਗਗਨਦੀਪ ਸਿੰਘ ਵਗੈਰਾ ਦੀ ਭੰਨ ਤੋੜ ਕਰ ਦਿੱਤੀ। ਕਾਰਨ ਕੀ ਰਿਹਾ ਜੀ? ਕਾਰਨ ਇਹਨਾਂ ਦਾ ਕੋਈ, ਕੁਲਜੀਤ ਸਿੰਘ ਆ ਚਾਚੇ ਦਾ ਮੁੰਡਾ, ਉਹਨਾਂ ਨੇ ਇਹਨਾਂ ਦਾ ਕੋਈ ਮਾੜਾ ਮੋੜ ਝਗੜਾ ਚੱਲਦਾ ਸੀਗਾ ਦੋਸ਼ੀਆਂ ਦਾ,
ਅਤੇ ਉਹਨਾਂ ਨੇ ਉਸ ਰੰਜਿਸ਼ ਕਰਕੇ ਇਹਨਾਂ ਦੀ ਮਤਲਬ ਮਦਦ ਕਰਨ ਕਰਕੇ ਉਹਨਾਂ ਨੇ ਕੁੱਟਮਾਰ ਕੀਤੀ ਹੈ। ਕਾਰਵਾਈ ਇਹਨਾਂ ਦੇ ਮੁਕੱਦਮਾ ਦਰਜ ਕਰਤਾ ਅਤੇ ਦੋਸ਼ੀਆਂ ਦੀ ਤਲਾਸ਼ ਜਾਰੀ ਹੈ। ਇਹ BNS ਦੀਆਂ ਵੱਖ ਵੱਖ 8 ਧਰਾਵਾਂ ਲਾ ਕੇ ਪਰਚਾ ਦਰਜ ਕੀਤਾ ਜੀ। ਅਗਵਾ ਕੀਤਾ ਗਿਆ? ਹਾਂਜੀ, ਮੁੰਡੇ ਨੂੰ ਅਗਵਾ ਕੀਤਾ ਗਿਆ। ਹਾਂ, ਮੁੰਡੇ ਨੂੰ ਪਹਿਲਾਂ ਘੇਰਿਆ ਗਿਆ, ਫਿਰ ਘੇਰ ਕੇ ਅਗਵਾ ਕੀਤਾ ਗਿਆ, ਫਿਰ ਉਹਦੇ ਸੱਟਾਂ ਮਾਰੀਆਂ ਗਈਆਂ, ਫਿਰ ਉਸ ਤੋਂ ਬਾਅਦ ਉਹਨਾਂ ਦੀ ਗੱਡੀ ਦੀ ਭੰਨਤੋੜ ਕੀਤੀ ਗਈ, ਮੋਬਾਈਲ ਖੋਹ ਕੇ ਲਏ। ਗ੍ਰਿਫਤਾਰੀ ਹੋ ਗਈ? ਨਹੀਂ, ਦੋਸ਼ੀਆਂ ਦੀ ਤਲਾਸ਼ ਜਾਰੀ ਹੈ, ਜਲਦੀ ਕੀਤੇ ਜਾਣਗੇ ਗ੍ਰਿਫਤਾਰ।